ਅਤੇ ਮੁੰਡਾ ਮੇਰਾ ਗਿਆ ਸੀ 2018 ਜਨਵਰੀ 'ਚ, ਉਹ ਤਾਂ ਕੰਮ ਕੀਤਾ ਨਾ ਜਾ ਕੇ ਸ਼ੁਰੂ 'ਚ ਆ ਕੇ, ਫਿਰ ਉਸ ਤੋਂ ਬਾਅਦ ਟਰਾਲਾ ਸਿੱਖਿਆ ਉਹਨੇ ਆਪਣਾ, ਅਚਾਨਕ ਐਕਸੀਡੈਂਟ ਹੋ ਗਿਆ ਬਸ, ਹੁਣ ਪਤਾ ਚੱਲ ਐਕਸੀਡੈਂਟ ਹੋਇਆ ਕਿਵੇਂ ਆ। ਉਹਦਾ ਗੱਡੀ ਆਈ, ਗੱਡੀ ਟਰਾਲਾ ਖਿਲਾਰ ਕੇ ਸਾਈਡ 'ਤੇ ਆਪਣਾ ਕੋਈ ਸਮਾਨ ਲੈਣ ਗਿਆ ਸੀ, ਖਾਣ ਵਾਸਤੇ ਕੁਝ ਲੈਣਾ ਸੀ, ਉਹਦੇ ਕੋਲ ਗੱਡੀ ਕੋਈ ਆਈ, ਉਹ ਗੱਡੀ ਹਿੱਟ ਕਰ ਗਈ। ਉਹ ਰਹਿੰਦਾ ਕੈਲੀਫੋਰਨੀਆ 'ਚ, ਪੱਕਾ ਹੋ ਗਿਆ ਸੀ ਕਿ ਨਹੀਂ? ਇਹ ਪੱਕਾ ਹੋ ਗਿਆ ਸੀ, ਗ੍ਰੀਨ ਕਾਰਡ ਅਪਲਾਈ ਕੀਤਾ, ਉਹ ਨਹੀਂ ਮਿਲਿਆ ਸੀ, ਪੱਕਾ ਤਾਂ ਹੋ ਗਿਆ ਸੀ। ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਰੋਜ਼ੀ ਰੋਟੀ ਖਾਤਰ ਅਮਰੀਕਾ ਗਏ ਪਿੰਡ ਤਲਵੰਡੀ ਕੂਕਾ ਦੇ ਨੌਜਵਾਨ ਰਾਜਵਿੰਦਰ ਸਿੰਘ, ਜਿਸ ਦੀ ਉਮਰ ਸਿਰਫ 22 ਸਾਲ ਦੀ ਸੀ, ਉਸਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਤਰਲੋਕ ਸਿੰਘ ਅਤੇ ਮਾਤਾ ਜਗਜੀਤ ਕੌਰ ਨੇ ਦੱਸਿਆ ਕਿ ਘਰ ਦੇ ਹਾਲਾਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਕਰੀਬ 5 ਸਾਲ ਪਹਿਲਾਂ ਪੁੱਤਰ ਨੂੰ ਵਿਦੇਸ਼ ਅਮਰੀਕਾ ਭੇਜਿਆ ਸੀ, ਜਿੱਥੇ ਉਹ ਕੈਲੀਫੋਰਨੀਆ ਵਿੱਚ ਰਹਿ ਕੇ ਟਰਾਲਾ ਚਲਾਉਂਦਾ ਸੀ। ਅਤੇ ਉਹਨਾਂ ਨੇ ਕਿਹਾ ਕਿ ਉਹ ਪੱਕਾ ਹੋ ਚੁੱਕਾ ਸੀ ਅਤੇ ਕੁਝ ਹੀ ਦਿਨਾਂ ਵਿੱਚ ਗ੍ਰੀਨ ਕਾਰਡ ਮਿਲਣ ਵਾਲਾ ਸੀ। ਅੱਜ ਸਵੇਰੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਅਮਰੀਕਾ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਫੋਨ ਕਰਕੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਹੈ, ਅਤੇ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਅਤੇ ਇਸਦੇ ਨਾਲ ਇਸਦੇ ਬਾਰੇ ਕੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਸੀਂ ਆਪ ਸੁਣੋ। ਮੇਰਾ ਨਾਮ ਤਰਲੋਕ ਸਿੰਘ ਹੈ ਜੀ, ਅਤੇ ਮੁੰਡਾ ਮੇਰਾ ਗਿਆ ਸੀ 2018 ਜਨਵਰੀ 'ਚ, 13 ਜਨਵਰੀ 'ਚ ਲੱਗਿਆ ਸੀ ਘਰ, ਡੌਂਕੀ ਰਾਹੀਂ ਗਿਆ ਸੀ, ਇਹ ਗਿਆ ਜੀ। ਅਤੇ ਹੁਣ ਉਸ ਤੋਂ ਬਾਅਦ ਸਟੋਰ 'ਤੇ ਕੰਮ ਕੀਤਾ ਨਾ ਜਾ ਕੇ ਸ਼ੁਰੂ 'ਚ ਆ ਕੇ, ਫਿਰ ਉਸ ਤੋਂ ਬਾਅਦ ਟਰਾਲਾ ਸਿੱਖਿਆ ਉਹਨੇ ਆਪਣਾ, ਅਤੇ ਉਸ ਤੋਂ ਬੜਾ ਸੋਹਣਾ ਕੰਮ ਕਰਦਾ ਪਿਆ ਸੀ, ਅਚਾਨਕ ਐਕਸੀਡੈਂਟ ਹੋ ਗਿਆ ਬਸ, ਹੁਣ ਪਤਾ ਚੱਲ ਐਕਸੀਡੈਂਟ ਹੋਇਆ ਕਿਵੇਂ ਆ। ਉਹਦਾ ਗੱਡੀ ਆਈ, ਗੱਡੀ ਟਰਾਲਾ ਖਿਲਾਰ ਕੇ ਸਾਈਡ 'ਤੇ ਆਪਣਾ ਕੋਈ ਸਮਾਨ ਲੈਣ ਗਿਆ ਸੀ, ਖਾਣ ਵਾਸਤੇ ਕੁਝ ਲੈਣਾ ਸੀ, ਉਹਦੇ ਕੋਲ ਗੱਡੀ ਕੋਈ ਆਈ, ਉਹ ਗੱਡੀ ਹਿੱਟ ਕਰ ਗਈ। ਕਦੋਂ ਦੀ ਗੱਲ ਹੈਗੀ? ਇਹ ਸਾਨੂੰ ਸਵੇਰੇ ਫੋਨ ਆਇਆ ਜੀ, ਕੋਈ 6:30 ਵਜੇ ਨਾਲ ਤਕਰੀਬਨ। ਕਦੋਂ ਕੁ ਦੱਸਦੇ ਐਕਸੀਡੈਂਟ ਹੋਇਆ ਉੱਥੇ? ਵੀ ਇਹ ਦੱਸਿਆ ਕਿ ਕਦੋਂ ਹੋਇਆ ਵਾ, ਸਾਨੂੰ ਤਾਂ ਸਵੇਰੇ ਪਤਾ ਲੱਗਾ। ਹੁਣ ਤੁਹਾਡੀ ਅਖੀਰਲੀ ਵਾਰ ਗੱਲ ਕਦੋਂ ਹੋਈ ਆਪਣੇ ਬੇਟੇ ਨਾਲ? ਮੈਨੂੰ ਤਾਂ 4-5 ਦਿਨ ਹੋਏ ਗੱਲ ਨਹੀਂ ਹੋਈ ਸੀ, ਆਪਣੀ ਮਾਂ ਨੇ ਗੱਲ ਕਰਦਾ ਸੀ ਉਹਦੇ ਫੋਨ 'ਤੇ, ਕਿਉਂਕਿ ਮੇਰਾ ਫੋਨ ਖਰਾਬ ਸੀ ਅਤੇ ਤਾਂ ਮੇਰੀ ਗੱਲ ਘੱਟ ਹੁੰਦੀ ਸੀ। ਹਾਂਜੀ, ਕਿਹੜੇ ਸ਼ਹਿਰ 'ਚ ਰਹਿੰਦਾ ਸੀ? ਉਹ ਰਹਿੰਦਾ ਕੈਲੀਫੋਰਨੀਆ 'ਚ। ਪੱਕਾ ਹੋ ਗਿਆ ਸੀ ਕਿ ਨਹੀਂ? ਨਹੀਂ, ਪੱਕਾ ਹੋ ਗਿਆ ਸੀ, ਗ੍ਰੀਨ ਕਾਰਡ ਅਪਲਾਈ ਕੀਤਾ, ਉਹ ਨਹੀਂ ਮਿਲਿਆ ਸੀ ਇਹਨੂੰ, ਪੱਕਾ ਤਾਂ ਹੋ ਗਿਆ ਸੀ। ਜਿਹੜਾ ਹਾਦਸਾ ਵਾਪਰਿਆ ਕਿਹੜੇ ਸ਼ਹਿਰ 'ਚ ਵਾਪਰਿਆ? ਵੀ ਨਹੀਂ ਪਤਾ ਕਿਹੜੇ ਸ਼ਹਿਰ 'ਚ ਵਾਪਰੇ, ਕਿੱਥੇ? ਮੈਰੀਲੈਂਡ ਕਹਿੰਦੇ। ਹਾਂਜੀ ਹਾਂਜੀ। ਉਹਦਾ ਰਹਿੰਦਾ ਕਿੱਥੇ ਸੀ? ਰਹਿੰਦਾ ਕੈਲੀਫੋਰਨੀਆ ਰਹਿੰਦਾ ਸੀ। ਸਰਕਾਰ ਤੋਂ ਕੀ ਮੰਗ ਹੈ ਤੁਹਾਡੀ? ਸਰਕਾਰ ਤੋਂ ਵੀ ਕੀ ਮੰਗ ਕਰ ਸਕਦੀ, ਸਰਕਾਰ ਦੀ ਆਪਣੀ ਮਰਜ਼ੀ ਹੈ ਜੀ। ਤੁਹਾਡਾ ਬੱਚਾ ਚੱਲ ਗਿਆ ਸੀ, ਕੀ ਮੰਗਣਾ ਸਰਕਾਰ? ਹੁਣ ਉਹਦੇ ਜਿਹੜੀ ਡੈਡ ਬੋਡੀ ਆ ਮ੍ਰਿਤਕ ਦੇ, ਉਹਨੂੰ ਇੱਥੇ ਭਾਰਤ ਲਿਆਉਣ ਲਈ ਪ੍ਰਬੰਧ ਕੀ ਹੈਗਾ? ਦੇਖੋ ਸਲਾਹ ਕਰਾਂਗੇ, ਭਰਾ ਗਿਆ ਛੋਟਾ ਮੇਰਾ ਉੱਥੇ, ਉਹ ਪਹੁੰਚੇਗਾ ਉੱਥੇ, ਪਹੁੰਚ ਸਾਨੂੰ ਦੱਸੂਗਾ ਸਾਰੀ ਸਿਚੁਏਸ਼ਨ ਜੋ ਵੀ ਹੈਗੀ ਹੈ, ਅਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕੀ ਕਹਿੰਦੇ ਆ ਜੀ। ਸਾਡੇ ਪਿੰਡ ਤੋਂ ਸੀ ਜੀ ਰਾਜਵਿੰਦਰ ਸਿੰਘ, 22 ਸਾਲ ਉਮਰ ਸੀ ਇਹਦੀ, ਅਤੇ ਇੱਥੋਂ ਰੋਜ਼ੀ ਰੋਟੀ ਕਮਾਉਣ ਵਾਸਤੇ, ਪਰਿਵਾਰ ਬਹੁਤ ਸਧਾਰਨ ਪਰਿਵਾਰ ਹੈ, ਇਹਨਾਂ ਨੇ ਇੱਥੋਂ ਮਿਹਨਤ ਕਰਕੇ ਆਪਣੇ ਮੁੰਡੇ ਨੂੰ ਅਮੈਰੀਕਾ ਭੇਜਿਆ ਸੀ, 2018 'ਚ ਗਿਆ ਸੀ। ਅਤੇ ਅੱਜ ਸਵੇਰੇ ਕੋਈ 6:30 ਵਜੇ ਫੋਨ ਆਇਆ ਕਿ ਉਹਦਾ ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ ਹੈ, ਅਤੇ ਆਪਣਾ ਕੋਈ ਗੇੜਾ ਲਾ ਰਿਹਾ ਸੀ, ਟਰੱਕ ਚਲਾਉਂਦਾ ਸੀ, ਟਰੱਕ ਲੈ ਕੇ ਜਾ ਰਿਹਾ ਸੀ, ਅਤੇ ਆ ਕੋਈ ਜ਼ਰੂਰੀ ਸਮਾਨ ਵਾਸਤੇ ਉਤਰਿਆ ਸੀ ਕੋਈ ਸਟੋਰ 'ਤੇ, ਅਤੇ ਰੋਡ ਕ੍ਰੋਸ ਕਰਨ ਲੱਗੇ ਕਿ ਜਾਂ ਪਤਾ ਹਰੇ ਤੱਕ ਉਹਦੇ ਇਹਨਾਂ ਦੇ ਬ੍ਰਦਰ ਗਏ ਨੇ, ਦੱਸ ਰਹੇ ਨੇ ਕਿ ਹਰੇ ਗੱਡੀ 'ਚੋਂ ਜਿੱਦਾਂ ਹੀ ਉਤਰ ਲੱਗਾ, ਪਿੱਛੋਂ ਕੋਈ ਕਾਰ ਸਵਾਰ ਨੇ ਉਹ 'ਚ ਹਿੱਟ ਕਰਕੇ ਉਹਦੀ ਔਨ ਦੀ ਸਪੋਟ ਡੈਥ ਹੋ ਗਈ। ਬਿਊਰੋ ਰਿਪੋਰਟ, ਦ ਪਬਲਿਕ ਟਾਈਮਸ।